ਕਾਵਿ ਸਿਧਾਂਤ ਲੇਖ ਲੜੀ ਅਧੀਨ ਆਪਾਂ ਪੰਜਾਬੀ ਦੇ ਇੱਕ ਪ੍ਰਸਿੱਧ ਚਿੰਤਕ ਸੰਤ ਸਿੰਘ ਸੇਖੋਂ ਦੇ ਲੇਖ ਕਵਿਤਾ ਅਤੇ ਅਨੁਭਵ, ਕਵਿਤਾ ਕੀ ਆ, ਕਵਿਤਾ ਦੇ ਦੋ ਵੱਡੇ ਸਰੋਤ, ਇਹਨਾਂ ਬਾਰੇ ਗੱਲ ਕਰਨੀ ਆ। ਸਭ ਤੋਂ ਪਹਿਲਾਂ ਤਾਂ ਇਹ ਗੱਲ ਸਪਸ਼ਟ ਹੀ ਆ ਕਿ ਕਵਿਤਾ ਦੇ ਬਾਰੇ ਬਹੁਤ ਗੱਲਾਂ ਹੁੰਦੀਆਂ ਨੇ। ਉਹ ਗੱਲਾਂ ਕੁਛ ਭਾਰਤੀ ਕਾਵਿ ਸ਼ਾਸਤਰ ਦੇ ਵਿੱਚੋਂ ਆਧਾਰ ਲੈਂਦੀਆਂ ਨੇ ਅਤੇ ਕੁਝ ਗੱਲਾਂ ਜਿਹੜੀਆਂ ਉਹ ਪੱਛਮੀ ਕਾਵਿ ਸ਼ਾਸਤਰ ਦੇ ਵਿੱਚੋਂ ਆਧਾਰ ਲੈਂਦੀਆਂ ਨੇ। ਤਾਂ ਸੰਤ ਸਿੰਘ ਸੇਖੋਂ ਆਪਣੇ ਇਸ ਲੇਖ ਦਾ ਆਧਾਰ ਆ ਜਿਹੜਾ ਉਹ ਬੁਨਿਆਦੀ ਤੌਰ 'ਤੇ ਤਾਂ ਪੱਛਮ ਦੇ ਵਿੱਚ, ਖਾਸ ਕਰਕੇ ਜਿਹੜਾ ਮਾਰਕਸਵਾਦੀ ਚਿੰਤਨ ਆ ਕ੍ਰਿਸਟੋਫਰ ਕਾਡਵਲ ਵਰਗਿਆਂ ਨੇ ਜੋ ਗੱਲਾਂ ਲਿਖੀਆਂ ਉਹਨਾਂ ਦੇ ਉੱਤੇ ਆਧਾਰਿਤ ਕਰਦਾ ਹੈ। ਤਾਂ ਮੁੱਖ ਤੌਰ 'ਤੇ ਜਦੋਂ ਆਰੰਭ ਕਰਦਾ ਹੈ ਕਿ ਅਸੀਂ ਇਹਨੂੰ ਸੂਖਮ ਕਲਾ ਕਹਿੰਦੇ ਹਾਂ, ਕਵਿਤਾ ਨੂੰ ਸੂਖਮ ਕਲਾ ਕਹਿੰਦੇ ਹਾਂ, ਫਾਈਨ ਆਰਟਸ ਕਹਿੰਦੇ ਹਾਂ, ਕੋਮਲ ਕਲਾ ਕਹਿੰਦੇ ਹਾਂ, ਹੋਰ ਕਿਹੜੀਆਂ ਕਿਹੜੀਆਂ ਕੋਮਲ ਕਲਾਵਾਂ, ਪਹਿਲਾਂ ਤਾਂ ਗੱਲ ਇੱਥੋਂ ਸ਼ੁਰੂ ਹੁੰਦੀ ਹੈ। ਤਾਂ ਕੋਮਲ ਕਲਾਵਾਂ ਅਸੀਂ ਮੰਨਦੇ ਹਾਂ ਕਿ ਰਾਗ ਭਾਵ ਸੰਗੀਤ, ਰਾਗ ਤੋਂ ਬਾਅਦ ਫਿਰ ਕਾਵਿ ਜਾਂ ਕਾਵਿ ਤੋਂ ਇਲਾਵਾ ਚਿੱਤਰਕਾਰੀ, ਫਿਰ ਭਵਨ ਕਲਾ ਜਾਂ ਜਿਹਨੂੰ ਕਹਿ ਸਕਦੇ ਹਾਂ ਕਿ ਨਿਰਮਾਣ ਕਲਾ, ਨਾਚ ਅਤੇ ਇਸ ਦੇ ਨਾਲ ਹੀ ਅਦਾਕਾਰ, ਇਹਨਾਂ ਨੂੰ ਅਸੀਂ ਕੋਮਲ ਕਲਾਵਾਂ ਮੰਨਦੇ ਹਾਂ। ਬੁੱਤਕਾਰੀ ਇਹ ਕੋਮਲ ਕਲਾਵਾਂ ਨੇ, ਪਰ ਇਹਨਾਂ ਵਿੱਚੋਂ ਸਭ ਤੋਂ ਵੱਧ ਕੋਮਲ ਕੀ ਹੈ? ਤਾਂ ਨਿਸ਼ਚੇ ਹੀ ਉਹ ਕਵਿਤਾ, ਨਿਸ਼ਚੇ ਉਹ ਰਾਗ ਆ ਕਿ ਜਿਹੜਾ ਸਿਰਫ ਧੁਨੀ ਰੂਪ ਹੁੰਦਾ, ਜਿਹੜਾ ਕਿ ਸਥੂਲ ਨਹੀਂ। ਔਰ ਉਸ ਤੋਂ ਬਾਅਦ ਉਹ ਇਹ ਅਖੇੜਾ ਕਰਦਾ ਕਿ ਇਹਨਾਂ ਨੂੰ ਕੋਮਲ ਕਲਾਵਾਂ ਕਿਉਂ ਆਖਿਆ ਜਾਂਦਾ ਹੈਗਾ, ਇਹਨਾਂ ਨੂੰ ਕੋਮਲ ਕਲਾਵਾਂ ਕਿਉਂ ਆਖਿਆ ਜਾਂਦਾ, ਸੂਖਮ ਕਲਾਵਾਂ ਕਿਉਂ ਆਖਿਆ ਜਾਂਦਾ। ਅਤੇ ਇੱਕ ਤਾਂ ਇਹ ਆਪਣੇ ਹੋਂਦ ਵਿੱਚ ਹੀ ਸੂਖਮ ਆ, ਹੋਂਦ ਵਿੱਚ ਸੂਖਮ ਤੋਂ ਭਾਵ ਕਵਿਤਾ ਸਭ ਤੋਂ ਵੱਧ ਸੂਖਮ ਆ, ਕਿਉਂਕਿ ਉਹਦੇ ਵਿੱਚ ਤਾਂ ਹੋਰ ਕੋਈ ਚੀਜ਼ ਹੀ ਨਹੀਂ ਗੀ, ਸਿਰਫ ਉਹਦੇ ਵਿੱਚ ਧੁਨੀ ਆ, ਅਤੇ ਧੁਨੀ ਆ ਜਿਹੜੀ ਆਪਾਂ ਨੂੰ ਪਤਾ ਕਿ ਉੱਡ ਪੁੱਡ ਜਾਂਦੀ ਹੈਗੀ ਆ, ਉਹ ਥੋੜ੍ਹਾ ਚਿਰ ਹੀ ਹੋਂਦ 'ਚ ਰਹਿੰਦੀ ਆ ਕਿ ਬੋਲਣ ਵਾਲੇ ਦੇ ਬੋਲਣ ਤੋਂ ਲੈ ਕੇ ਸੁਣਨ ਵਾਲੇ ਦੇ ਕੰਨ ਤੱਕ ਜਾ ਕੇ, ਅਤੇ ਉੱਥੇ ਇਹ ਇਸ ਰੂਪ ਵਿੱਚ ਸੂਖਮ। ਪਰ ਜਿਹੜਾ ਦੂਜਾ ਉਹ ਵੱਡਾ ਨਖੇੜਾ ਕਰਦਾ ਕਿ ਸੂਖਮ ਇਸ ਕਰਕੇ ਨਹੀਂ ਹੈ ਕਿ ਕੇਵਲ ਆਕਾਰ ਪੱਖੋਂ ਜਾਂ ਪ੍ਰਭਾਵ ਪੱਖੋਂ ਸੂਖਮ ਨੇ, ਸਗੋਂ ਸੂਖਮ ਇਸ ਕਰਕੇ ਵੀ ਆ ਕਿ ਉਹ ਉਪਯੋਗੀ ਕਲਾਵਾਂ ਦੇ ਵਿੱਚ ਅਤੇ ਸੂਖਮ ਕਲਾਵਾਂ ਦੇ ਵਿੱਚ ਫਰਕ ਕਰਦਾ ਕਿ ਉਪਯੋਗੀ ਕਲਾਵਾਂ ਕਿਹੜੀਆਂ ਨੇ। ਉਪਯੋਗੀ ਕਲਾਵਾਂ ਉਹ ਨੇ ਕਿ ਜੋ ਤੁਹਾਡੇ ਕੋਈ ਕੰਮ ਆਉਂਦੀਆਂ, ਤਾਂ ਜਿਹੜੀਆਂ ਇਹ ਕੋਮਲ ਕਲਾਵਾਂ ਇਹ ਤੁਹਾਨੂੰ ਕੋਈ ਸਿੱਧੇ ਤੌਰ 'ਤੇ ਫਾਇਦਾ ਨਹੀਂ ਦਿੰਦੀਆਂ। ਬਿਨਾਂ ਸ਼ੱਕ ਜਿਹੜੇ ਕੋਮਲ ਕਲਾਵਾਂ ਦੇ ਸਿਰਜਕ ਨੇ, ਕਵੀ ਨੇ ਜਾਂ ਗਾਇਕ ਨੇ ਜਾਂ ਸੰਗੀਤਕਾਰ ਨੇ ਜਾਂ ਬੁੱਤਕਾਰ ਨੇ, ਉਹਨਾਂ ਨੂੰ ਕੁਝ ਇਹਦੇ ਵਿੱਚੋਂ ਉਪਜੀਵਿਕਾ ਖੁਦ ਦੀ ਕਮਾ ਸਕਦੇ ਆ, ਕੁਝ ਪੈਸਾ ਪ੍ਰਾਪਤ ਕਰ ਸਕਦੇ ਆ, ਪਰ ਜਿਹੜੇ ਇਹਦੇ ਉਪਭੋਗੀ ਹੁੰਦੇ ਆ, ਜਿਨ੍ਹਾਂ ਤੱਕ, ਜਿਨ੍ਹਾਂ ਨੂੰ ਇਹ ਪ੍ਰਸੰਨ ਕਰਦੀ, ਜਿਨ੍ਹਾਂ ਨੂੰ ਆਨੰਦ ਦਿੰਦੀ ਹੈ, ਜਿਨ੍ਹਾਂ ਤੱਕ ਕਵਿਤਾ ਪੁੱਜਦੀ ਆ, ਉਹਨਾਂ ਨੂੰ ਕੋਈ ਇਹਦਾ ਇਸ ਤਰ੍ਹਾਂ ਲਾਭ ਨਹੀਂ ਹੁੰਦਾ ਹੈਗਾ ਕਿ ਜਿਸ ਤਰ੍ਹਾਂ ਸਾਨੂੰ ਹੋਰ ਚੀਜ਼ਾਂ ਦਾ ਲਾਭ ਹੁੰਦਾ। ਮੰਨ ਲਓ ਕਿਸੇ ਬੰਦੇ ਨੇ ਕੋਈ ਟੋਕਰਾ ਬਣਾਇਆ, ਤਾਂ ਨਿਸ਼ਚਿਤ ਉਹ ਟੋਕਰੇ ਵਿੱਚ ਸਮਾਨ ਪਾ ਕੇ ਦੂਜੇ ਥਾਂ 'ਤੇ ਲਿਜਾ ਸਕਦਾ, ਉਹਦੇ ਲਈ ਉਪਯੋਗੀ ਕਲਾ ਹੈਗੀ ਆ। ਮੰਨ ਲਓ ਇਸ ਤਰ੍ਹਾਂ ਤਾਂ ਜਿਹੜਾ ਬੁਣਨਾ ਉਹ ਵੀ ਇੱਕ ਆਪਣੇ ਆਪ ਵਿੱਚ ਕਲਾ ਹੈ, ਪਰ ਬੁਣਿਆ ਜਾਂਦਾ ਅਤੇ ਉਹਦਾ ਕੱਪੜਾ ਪਾਇਆ ਜਾਂਦਾ। ਪਰ ਜਿਹੜੀਆਂ ਕੋਮਲ ਕਲਾਵਾਂ ਹੁੰਦੀਆਂ, ਸੂਖਮ ਕਲਾਵਾਂ ਹੁੰਦੀਆਂ, ਫਾਈਨ ਆਰਟਸ ਹੁੰਦਾ, ਇਸ ਕਾਰਨ ਕਰਕੇ ਉਹ ਉਪਯੋਗੀ ਨਹੀਂ ਹੁੰਦਾ ਹੈਗਾ, ਉਹਨੂੰ ਅਸੀਂ ਉਪਯੋਗੀ ਨਹੀਂ ਮੰਨ ਸਕਦੇ ਗੇ। ਉਹ ਸਾਡੀ ਆਤਮਕ ਜਾਂ ਮਾਨਸਿਕ ਜਾਂ ਆਨੰਦ ਜਾਂ ਅੰਦਰ ਦੀ ਤ੍ਰਿਪਤੀ ਕਰਦੇ ਆ, ਉਹ ਇਸ ਕਰਕੇ ਕੋਮਲ ਕਲਾਵਾਂ ਉਹਨਾਂ ਨੂੰ ਆਖਿਆ ਜਾਂਦਾ ਕਿ ਇਹ ਕਲਾਵਾਂ ਨਿਰੋਲ ਆਤਮਕ ਜਾਂ ਮਾਨਸਿਕ ਜਾਂ ਸੂਖਮ ਕਲਾਵਾਂ ਹੈ। ਇਹ ਕਿਤੇ ਇਹਨਾਂ ਦਾ ਕੋਈ ਪਦਾਰਥਕ ਆਧਾਰ ਨਹੀਂ ਜਾਂ ਇਹਨਾਂ ਦਾ ਕੋਈ ਸਮਾਜਿਕ ਮੁੱਲ ਨਹੀਂ ਜਾਂ ਇਹ ਸਮਾਜ ਵਿੱਚੋਂ ਜਨਮ ਨਹੀਂ ਲੈਂਦੀਆਂ। ਬਿਲਕੁਲ ਇਹਨਾਂ ਦਾ ਪਦਾਰਥਕ ਆਧਾਰ ਵੀ ਆ ਅਤੇ ਇਹ ਸਮਾਜ ਵਿੱਚੋਂ ਹੀ ਜਨਮ ਲੈਂਦੀਆਂ। ਹੁਣ ਥੋੜ੍ਹੀਆਂ ਜਿਹੀਆਂ ਗੱਲਾਂ ਇਹ ਕਿ ਕੋਮਲ ਕਲਾਵਾਂ ਫਿਰ ਉਪਜਦੀਆਂ ਕਿਵੇਂ ਨੇ ਜਾਂ ਕਿਉਂ ਉਪਜੀਆਂ, ਖਾਸ ਕਰਕੇ ਕਵਿਤਾ ਕਿਵੇਂ ਪੈਦਾ ਹੋਈ। ਸਭ ਤੋਂ ਪਹਿਲੀ ਗੱਲ ਜਿਹੜੀ ਕਵਿਤਾ ਦੇ ਪੈਦਾ ਹੋਣ ਦਾ ਕਾਰਨ ਬਣਦਾ, ਉਹ ਕਾਰਨ ਬਣਦਾ ਹੈਗਾ ਕਿ ਜਦੋਂ ਮਨੁੱਖ ਸਮਾਜਿਕ ਤੌਰ 'ਤੇ ਸਾਂਝੇ ਕੰਮ ਕਰਦਾ ਤਾਂ ਉਸ ਨੂੰ ਇੱਕ ਦੂਸਰੇ ਨਾਲ ਤਾਲਮੇਲ ਬਿਠਾਉਣ ਲਈ ਇੱਕ ਲੈਅ ਅਤੇ ਤਾਲ ਦੀ ਜ਼ਰੂਰਤ ਪੈਂਦੀ ਹੈ। ਤੁਸੀਂ ਦੇਖਿਆ ਹੋਣਾ ਕਿ ਹੁਣ ਤਾਂ ਖੈਰ ਬਹੁਤ ਸਾਰੀਆਂ JCB ਮਸ਼ੀਨਾਂ ਆ ਗਈਆਂ, ਇਸ ਤਰ੍ਹਾਂ ਭਾਰਾ ਕੰਮ ਨਹੀਂ ਹੁੰਦਾ, ਪਰ ਪੁਰਾਣੇ ਸਮੇਂ ਦੇ ਵਿੱਚ ਜਦੋਂ ਕਿਸੇ ਭਾਰੀ ਚੀਜ਼ ਨੂੰ 3 ਜਾਂ 4 ਮਜ਼ਦੂਰ ਲੱਗ ਕੇ ਖਿੱਚਦੇ ਸੀ ਤਾਂ ਉਹ ਇੱਕ ਦੂਸਰੇ ਨਾਲ ਤਾਲ ਮਿਲਾਉਂਦੇ ਸੀ, ਹਈ ਸ਼ਾਹ ਦੀ ਆਵਾਜ਼ ਕੱਢਦੇ ਸੀ, ਤਾਂ ਉਹ ਇੱਕ ਤਰਜ ਬਣਾਉਂਦੇ ਸੀ। ਤਾਂ ਮੁੱਢਲੇ ਤੌਰ 'ਤੇ ਜਿਹੜਾ ਕਵਿਤਾ ਦਾ ਜਨਮ ਹੈਗਾ ਉਹ ਮਨੁੱਖ ਦੇ ਵਿੱਚ ਆਪਸ ਵਿੱਚ ਕੰਮ ਕਰਦਿਆਂ ਸਾਂਝੀ ਤਾਲ ਲੈ ਬਣਾਉਣ ਨਹੀਂ ਹੋਇਆ।
ਇਸੇ ਤਰ੍ਹਾਂ ਹੀ ਇਹਦਾ ਜੀਵ ਵਿਗਿਆਨਕ ਆਧਾਰ ਵੀ ਹੈ ਕਿ ਜਦੋਂ ਬੱਚਾ ਨੂੰ ਅਸੀਂ ਸਲਾਨੇ ਹਾਂ ਤਾਂ ਬੱਚੇ ਨੂੰ ਲੋਰੀ ਸਲਾਉਂਦੇ ਹਾਂ ਤਾਂ ਕੁਝ ਸ਼ਬਦਾਂ ਦਾ ਦੁਹਰਾਓ ਕਰਦੇ ਹਾਂ, ਬੱਚੇ ਨੂੰ ਲੋਰੀ ਸੁਣਾਉਣ ਲੱਗਿਆਂ ਕੁਝ ਸ਼ਬਦਾਂ ਦਾ ਦੁਹਰਾਓ ਕਰਦੇ ਹਾਂ, ਨਾਲ ਦੀ ਨਾਲ ਉਸ ਨੂੰ ਥਾਪੜਦੇ ਹਾਂ। ਜਿਹੜਾ ਥਾਪੜਦੇ ਹਾਂ ਇੱਕ ਖਾਸ ਤਾਲ ਵਿੱਚ ਥਾਪੜਦੇ ਹਾਂ, ਜਿਹੜਾ ਇਹ ਤਾਲ ਵਿੱਚ ਥਾਪੜਨਾ ਹੈ ਉਹਦਾ ਜਿਹੜਾ ਬਾਇਓਰਿਦਮ ਹੈਗਾ, ਜਿਹੜਾ ਉਹਦਾ ਜੈਵਿਕ ਤਾਲ ਹੈਗਾ, ਉਹਦੇ ਸਰੀਰ ਦੀ ਧੜਕਣ ਹੈਗੀ ਆ, ਉਹਦੇ ਨਾਲ ਕਿਤੇ ਮੇਚ ਮਿਚਦਾ ਹੈਗਾ। ਤਾਂ ਇਹ ਜਿਹੜੀਆਂ ਸੂਖਮ ਕਲਾਵਾਂ ਹੈ, ਇਹਨਾਂ ਦੇ ਪੈਦਾ ਹੋਣ ਦਾ ਪਦਾਰਥਕ ਆਧਾਰ ਵੀ ਹੈ ਅਤੇ ਇਹਨਾਂ ਦਾ ਸਮਾਜਿਕ ਆਧਾਰ ਵੀ ਹੈ। ਪਰ ਮੁੱਢਲੇ ਤੌਰ 'ਤੇ ਜਿਹੜੀਆਂ ਕਲਾਵਾਂ ਨੇ, ਇਹਨਾਂ ਦਾ ਇੱਕ ਹੋਰ ਮੰਤਵ ਵੀ ਸੀ ਕਿ ਇਹ ਉਸ ਸਮੇਂ ਜਿਹੜੀ ਸਮਾਜ ਵਿੱਚ ਪ੍ਰਧਾਨਤਾ ਉਹ ਰਾਜਾ ਸ਼੍ਰੇਣੀ ਦੀ ਸੀ, ਅਤੇ ਰਾਜਾ ਸ਼੍ਰੇਣੀ ਦੇ ਜਿਹੜੇ ਦੋ ਭਾਵ ਨੇ, ਇੱਕ ਜੰਗ ਯੁੱਧ ਦਾ ਪ੍ਰਭਾਵ ਜਿਹਦੇ ਵਿੱਚ ਇਹ ਕਵਿਤਾ ਉਤਸ਼ਾਹ ਦਿੰਦੀ ਸੀ, ਅਤੇ ਦੂਸਰਾ ਇਹ ਇੱਕ ਰੰਗ ਰਾਗ ਮੁਹੱਬਤ ਇਸ਼ਕ ਦਾ ਪ੍ਰਭਾਵ, ਅਤੇ ਜਿਹਦੇ ਵਿੱਚ ਇਹ ਵਿਛੋੜਾ ਤੜਪਣ ਜੋੜ ਨੂੰ ਪੇਸ਼ ਕਰਦੀ ਸੀ, ਅਤੇ ਇਹਨਾਂ ਫਿਰ ਮਨੁੱਖੀ ਭਾਵਾਂ ਨਾਲ ਜੁੜ ਗਈ। ਮੁੱਢਲੇ ਤੌਰ 'ਤੇ ਤਾਂ ਇਹ ਸਮਾਜਿਕ ਤਾਲਮੇਲ ਲਈ ਅਤੇ ਸਰੀਰ ਦੇ ਰਿਦਮ ਅਨੁਸਾਰ ਹੀ ਸੀ, ਪਰ ਹੌਲੀ ਹੌਲੀ ਇਹ ਪਿਆਰ ਮੁਹੱਬਤ ਅਤੇ ਇਸ਼ਕ ਅਤੇ ਯੁੱਧ ਜੰਗ ਯੁੱਧ ਦੇ ਭਾਵਾਂ ਨੂੰ ਵੀ ਪ੍ਰਗਟ ਕਰਨ ਲੱਗ ਪਈ। ਇਸ ਦਾ ਸੰਬੰਧ ਹੈ ਨਾ ਜਿਹੜਾ ਜਾਦੂ ਚਿੰਤਨ ਨਾਲ ਵੀ ਵਿਦਵਾਨ ਜੋੜ, ਜਾਦੂ ਚਿੰਤਨ ਨਾਲ ਇਸ ਤਰ੍ਹਾਂ ਜੋੜਦੇ ਨੇ ਕਿ ਪਹਿਲਾਂ ਮਨੁੱਖ ਕੀ ਕਰਦਾ ਸੀ ਕਿ ਜਦੋਂ ਉਹਨੂੰ ਕੋਈ ਚੀਜ਼ ਪ੍ਰਾਪਤ ਹੋ ਜਾਂਦੀ ਸੀ ਤਾਂ ਇੱਕ ਤਾਂ ਉਹ ਉਹਦੀ ਪ੍ਰਾਪਤੀ ਦਾ ਜਸ਼ਨ ਮਨਾਉਂਦਾ ਸੀ, ਦੂਸਰੇ ਪਾਸੇ ਜੇ ਕੋਈ ਚੀਜ਼ ਨਹੀਂ ਪ੍ਰਾਪਤ ਹੁੰਦੀ ਸੀ ਤਾਂ ਉਸ ਦੀ ਪ੍ਰਾਪਤੀ ਦੇ ਲਈ ਉਹ ਵਾਰ ਵਾਰ ਉਸ ਚੀਜ਼ ਦਾ ਨਾਂ ਲੈਂਦਾ ਸੀ, ਉਸ ਚੀਜ਼ ਦਾ ਦੁਹਰਾਓ ਕਰਦਾ ਸੀ ਕਿ ਸ਼ਾਇਦ ਮੇਰੇ ਵਾਰ ਵਾਰ ਨਾਂ ਲੈਣ ਨਾਲ ਦੁਹਰਾਉਣ ਨਾਲ ਉਹ ਚੀਜ਼ ਪ੍ਰਾਪਤ ਹੋ ਜੂਗੀ। ਕਦੇ ਕਦੇ ਉਹ ਚੀਜ਼ ਕੁਦਰਤੀ ਦੇਵਨੇਤ ਜਾਂ ਕਹਿ ਲਓ ਕਿ ਬਾਏ ਲਾ ਆਫ ਚਾਂਸ ਉਹ ਚੀਜ਼ ਪ੍ਰਾਪਤ ਵੀ ਹੋ ਜਾਂਦੀ ਸੀ, ਤਾਂ ਉਹਨੂੰ ਲੱਗਦਾ ਸੀ ਮੇਰੇ ਪੁਕਾਰਨ ਨਾਲ, ਮੇਰੇ ਵਾਰ ਵਾਰ ਦੁਹਰਾਉਣ ਨਾਲ ਉਹ ਚੀਜ਼ ਪ੍ਰਾਪਤ ਹੋ ਗਈ। ਤਾਂ ਹੁਣ ਵੀ ਲੱਗਦਾ ਹੈਗਾ ਕਿ ਮੁਹੱਬਤ ਇਸ਼ਕ ਵਿੱਚ ਜਿਹੜੀ ਆ ਵਾਰ ਵਾਰ ਮੰਗ ਕੀਤੀ ਜਾਂਦੀ ਆ, ਦੇਵੀ ਦੇਵਤਿਆਂ ਦੇ ਅੱਗੇ ਜਿਹੜੀ ਆਰਾਧਨਾ ਕੀਤੀ ਜਾਂਦੀ ਆ, ਆਪਦੀ ਅਰਦਾਸ ਆਪਦੀ ਬੇਨਤੀ ਦੁਹਰਾਈ ਜਾਂਦੀ ਹੈ, ਤਾਂ ਉਹਦੇ ਪਿੱਛੇ ਪਿਛੋਕੜ ਇਹ ਕੰਮ ਕਰਦਾ ਕਿ ਜੇ ਅਸੀਂ ਚੀਜ਼ ਕੋਈ ਮੰਗਾਂਗੇ ਉਹਦਾ ਨਾਂ ਲੈ ਕੇ ਪਕਾਰਾਂਗੇ ਤਾਂ ਉਹ ਚੀਜ਼ ਮਿਲ ਜੂਗੀ। ਦੂਜਾ ਹੈ ਕਿ ਜੇ ਮਿਲ ਗਈ ਤਾਂ ਉਹਦੀ ਫਿਰ ਖੁਸ਼ੀ ਮਨਾਉਣੀ ਹੈ। ਇੱਕ ਇਹ ਕਿ ਹਜੇ ਚੀਜ਼ ਮਿਲੀ ਨਹੀਂ ਆ ਪਰ ਉਹਦੀ ਖੁਸ਼ੀ ਆ ਜਿਹੜੀ ਉਹ ਪਹਿਲਾਂ ਮਨਾ ਲਈਏ ਤਾਂ ਸ਼ਾਇਦ ਉਹ ਚੀਜ਼ ਪ੍ਰਾਪਤ ਹੋ ਜੇ, ਇਸ ਭਰਮ ਅਧੀਨ ਇਸ ਵਿਸ਼ਵਾਸ ਅਧੀਨ। ਇਹ ਜਾਦੂ ਚਿੰਤਨ ਦੇ ਜਿਹੜੇ ਤਿੰਨ ਸਿਧਾਂਤ ਆ ਉਹ ਕਾਵਿ ਸਿਰਜਣਾ ਦੇ ਵਿੱਚ ਕੰਮ ਕਰਦੇ ਨੇ। ਤਾਂ ਜਦੋਂ ਕਵਿਤਾ ਹੋਂਦ ਵਿੱਚ ਆ ਜਾਂਦੀ ਆ ਤਾਂ ਇਹਦੇ ਵਿੱਚ ਜਾਦੂ ਚਿੰਤਨ ਵੀ ਕੰਮ ਕਰਦਾ, ਇਹਦੇ ਵਿੱਚ ਸਰੀਰ ਦਾ ਬਾਇਓਰਿਦਮ ਵੀ ਕੰਮ ਕਰਦਾ, ਅਤੇ ਇਹਦੇ ਵਿੱਚ ਜਿਹਨੂੰ ਕਹਿੰਦੇ ਆ ਕਿ ਮਨੁੱਖ ਦੇ ਆਪਸੀ ਤਾਲਮੇਲ ਬਿਠਾਉਣ ਦਾ ਹੁਨਰ ਵੀ ਕੰਮ ਕਰਦਾ, ਇਹਦੇ ਵਿੱਚੋਂ ਕਵਿਤਾ ਹੋਂਦ ਵਿੱਚ ਧਾਰਨ ਕਰਦੀ ਆ, ਆਪਣੀ ਹੋਂਦ ਧਾਰਦੀ ਆ। ਅਗਲੀ ਗੱਲ ਕਿ ਕਵਿਤਾ ਦਾ ਜਿਹੜਾ ਸੰਬੰਧ ਆ ਉਹ ਛੰਦ ਨਾਲ, ਤੋਲ ਨਾਲ, ਲੈ ਨਾਲ, ਪਰ ਇਹ ਛੰਦ ਤੋਲ ਲੈ ਨਾਲ ਸੰਬੰਧ ਵਧਾਉਂਦਿਆਂ ਵਧਾਉਂਦਿਆਂ ਇੱਥੋਂ ਤੱਕ ਸੰਤ ਸਿੰਘ ਸੇਖੋਂ ਨੇ ਤਾਂ ਕਹਿ ਦਿੱਤਾ ਕਿ ਛੰਦ ਤੋਂ ਬਗੈਰ ਕਵਿਤਾ ਹੋ ਹੀ ਨਹੀਂ ਸਕਦੀ, ਅਤੇ ਉਹਨਾਂ ਨੇ ਜਿਹੜਾ ਇਹਦੇ ਲਈ ਰੂਪਕ ਘੜਿਆ, ਉਹ ਰੂਪਕ ਇਹ ਘੜਿਆ ਕਿ ਕਵਿਤਾ ਜਿਹੜੀ ਉਹ ਇਸਤਰੀ ਰੂਪ ਆ, ਪਰ ਇਸਤਰੀ ਕੋਈ ਤਾਂ ਹੀ ਇਸਤਰੀ ਹੁੰਦੀ ਹੈ ਜੇ ਉਹਦੇ ਇਸਤਰੀ ਅੰਗ ਹੋਣ, ਜੇ ਇਸਤਰੀ ਅੰਗ ਨਹੀਂ ਤਾਂ ਉਹ ਕਵਿਤਾ ਨਹੀਂ। ਉਹ ਕਹਿੰਦਾ ਜਿਸੇ ਤਰ੍ਹਾਂ ਹੀ ਜੇ ਕਵਿਤਾ ਦੇ ਵਿੱਚ ਛੰਦ ਨਹੀਂ ਤਾਂ ਉਹ ਕਵਿਤਾ ਨਹੀਂ ਆ। ਇਸ ਤਰ੍ਹਾਂ ਦਾ ਉਹਨਾਂ ਨੇ ਇੱਕ ਰੂਪਕ ਚੁਣਿਆ। ਇਸ ਰੂਪਕ ਦੇ ਬਾਵਜੂਦ ਆਪਾਂ ਨੂੰ ਪਤਾ ਕਿ ਲੋਕ ਖੁੱਲ੍ਹੀ ਕਵਿਤਾ ਨੂੰ ਵੀ ਪਿਆਰ ਕਰਦੇ ਆ, ਖੁੱਲ੍ਹੀ ਕਵਿਤਾ ਵੀ ਸੁਣੀ ਪੜ੍ਹੀ ਜਾਂਦੀ ਆ, ਪਰ ਸੰਤ ਸਿੰਘ ਸੇਖੋਂ ਆ ਜਿਹੜਾ ਉਹ ਖੁੱਲ੍ਹੀ ਕਵਿਤਾ ਨੂੰ ਬਹੁਤਾ ਵਧੀਆ ਨਹੀਂ ਸਮਝਦਾ ਗਾ, ਖਾਸ ਕਰਕੇ ਆਪਣੇ ਉਸ ਪੜਾਅ 'ਤੇ। ਉਹ ਕਹਿੰਦੇ ਆ ਕਿ ਹਰ ਕੋਈ ਜਿਹੜਾ ਹੈਗਾ ਉਹ ਪੂਰਨ ਸਿੰਘ ਨਹੀਂ ਹੋ ਸਕਦਾ। ਸੰਤ ਸਿੰਘ ਸੇਖੋਂ ਵੀ ਕਵਿਤਾ ਦੇ ਤੱਤ ਤਾਂ ਉਹੀ ਦੱਸਦੇ ਆ ਜਿਹੜੇ ਹੋਰ ਵਿਦਵਾਨ ਦੱਸਦੇ ਆ, ਜਿਹੜੇ ਆਪਾਂ ਪਿਛਲੀਆਂ ਭਾਸ਼ਣ ਲੜੀਆਂ ਦੇ ਵਿੱਚ ਵੀ ਤੁਹਾਡੇ ਨਾਲ ਗੱਲ ਸਾਂਝੀ ਕਰ ਚੁੱਕੇ ਹੈਗੇ। ਪਰ ਸੰਤ ਸਿੰਘ ਸੇਖੋਂ ਜਿਹੜਾ ਨਿਆਂ ਬੁੱਧੀ ਦਲੀਲ ਤਰਕ ਨੂੰ ਪਹਿਲੇ ਨੰਬਰ 'ਤੇ ਰੱਖਦਾ ਹੈ ਕਿ ਨਿਆਂ ਬੁੱਧੀ ਦਲੀਲ ਤਰਕ ਆ ਜਿਹੜਾ ਉਹਦੇ ਬਿਨਾਂ ਕਵਿਤਾ ਨਹੀਂ ਬਣਦੀ। ਪਹਿਲੀ ਗੱਲ ਨਿਆਂ ਕੁਦਰਤੀ ਨਿਆਂ ਆ ਜਿਹੜਾ ਉਹਦੇ ਪੱਖ ਵਿੱਚ ਹੋਣੀ ਚਾਹੀਦੀ ਹੈ, ਜਿਹੜੀ ਨਿਆਂ ਦੀ ਗੱਲ ਕਰਨੀ ਚਾਹੀਦੀ ਹੈ। ਦੂਸਰਾ ਕਹਿੰਦਾ ਕਿ ਬੁੱਧੀ ਬਗੈਰ ਕਵਿਤਾ ਹੋਂਦ 'ਚ ਨਹੀਂ ਆ ਸਕਦੀ, ਕਵਿਤਾ ਲਈ ਬੁੱਧੀ ਜ਼ਰੂਰੀ ਹੈ। ਬਾਕੀ ਕਲਪਨਾ ਨੂੰ ਉਸੇ ਤਰ੍ਹਾਂ ਹੀ ਮਹੱਤਵ ਦਿੰਦਾ ਜਿਵੇਂ ਦੂਸਰੇ ਵਿਦਵਾਨ ਚਿੰਤਕ ਦਿੰਦੇ ਨੇ, ਇਸੇ ਤਰ੍ਹਾਂ ਹੀ ਭਾਵਾਂ ਨੂੰ ਵੀ ਉਹ ਮਹੱਤਤਾ ਦਿੰਦਾ ਕਿ ਭਾਵਾਂ ਬਗੈਰ ਕਵਿਤਾ ਨਹੀਂ ਹੁੰਦੀ, ਪਰ ਉਹ ਬੁੱਧੀ ਤੱਤ 'ਤੇ ਵਧੇਰੇ ਜ਼ੋਰ ਦਿੰਦਾ। ਛੰਦ 'ਤੇ ਅਤੇ ਬੁੱਧੀ ਤੱਤ 'ਤੇ ਜ਼ਿਆਦਾ ਜ਼ੋਰ ਆ। ਆਪਾਂ ਪਿੱਛੇ ਬਾਬਾ ਬੋਧ ਸਿੰਘ ਅਤੇ ਗੋਪਾਲ ਸਿੰਘ ਧਰਦੀ ਅਤੇ ਪੂਰਨ ਸਿੰਘ ਦੀਆਂ ਗੱਲਾਂ ਕਰਕੇ ਆਏ ਹਾਂ, ਉਹਨਾਂ ਦੇ ਲਈ ਜਿਹੜੀ ਕਲਪਨਾ ਅਤੇ ਭਾਵ ਆ ਉਹ ਵਧੇਰੇ ਮਹੱਤਵਪੂਰਨ ਆ, ਪਰ ਸੰਤ ਸਿੰਘ ਸੇਖੋਂ ਦੇ ਲਈ ਜਿਹੜਾ ਛੰਦ ਅਤੇ ਜਿਹੜਾ ਬੁੱਧੀ ਆ ਉਹ ਜ਼ਿਆਦਾ ਮਹੱਤਵਪੂਰਨ ਆ।
ਅਗਲੀ ਜਿਹੜੀ ਗੱਲ ਹੈਗੀ ਆ ਉਹ ਗੱਲ ਬਣਦੀ ਹੈਗੀ ਆ ਕਿ ਉਹ ਅਨੁਭਵ ਦੀ ਗੱਲ ਕਰਦਾ ਕਿ ਆਖਰ ਜਿਹੜੀ ਕਵਿਤਾ ਹੈਗੀ ਆ ਉਹ ਅਨੁਭਵ 'ਚੋਂ ਪੈਦਾ ਹੁੰਦੀ ਆ। ਪਰ ਇਹ ਅਨੁਭਵ ਕਿਹੜੀ ਸ਼੍ਰੇਣੀ ਦਾ ਅਨੁਭਵ? ਜਿਹੜੀ ਰਾਜਾ ਸ਼੍ਰੇਣੀ ਆ ਉਹਦਾ ਅਨੁਭਵ ਹੋਰ ਆ, ਜਿਹੜੀ ਆਮ ਲੋਕ ਆ ਉਹਨਾਂ ਦਾ ਅਨੁਭਵ ਹੋਰ ਆ। ਰਾਜਾ ਸ਼੍ਰੇਣੀ ਦਾ ਅਨੁਭਵ ਜਾਂ ਤਾਂ ਜੰਗ ਯੁੱਧ ਦਾ ਅਨੁਭਵ ਆ, ਅਤੇ ਜਾਂ ਜਿਹੜਾ ਰਾਜਾ ਸ਼੍ਰੇਣੀ ਦਾ ਅਨੁਭਵ ਆ ਉਹ ਰਾਜ ਭਾਗ ਭੋਗਦਿਆਂ ਭੋਗ ਵਿਲਾਸ ਦੀਆਂ ਚੀਜ਼ਾਂ ਅਤੇ ਉਹਦੇ ਵਿੱਚ ਔਰਤ ਮੁਹੱਬਤ ਸ਼ਰਾਬ ਸ਼ਬਾਬ ਹੀ ਆਉਂਦਾ। ਅਤੇ ਉਹਨੂੰ ਲੱਗਦਾ ਕਿ ਅਨੁਭਵ ਦਾ ਜਿਹੜਾ ਦਾਇਰਾ, ਪਹਿਲਾਂ ਜਿਹੜੀ ਕਵਿਤਾ ਦਾ ਅਨੁਭਵ ਦਾ ਦਾਇਰਾ ਉਹ ਅਮੀਰ ਸ਼੍ਰੇਣੀ ਜਾਂ ਉੱਚ ਸ਼੍ਰੇਣੀ ਤੱਕ ਸੀ, ਪਰ ਜਦੋਂ ਮੱਧ ਵਰਗ ਪੈਦਾ ਹੋ ਜਾਂਦਾ ਤਾਂ ਇਹ ਜਿਹੜਾ ਅਨੁਭਵ ਆ ਉਹ ਮੱਧ ਵਰਗ ਦਾ ਵੀ ਅਨੁਭਵ ਸ਼ਾਮਲ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਸਾਹਿਤ ਦੇ ਵਿੱਚ ਹਮੇਸ਼ਾ ਹੀ ਇਹ ਦੋਸ਼ ਲਾਇਆ ਜਾਂਦਾ ਹੈਗਾ ਕਿ ਸਾਹਿਤ ਦੇ ਵਿੱਚ ਜਿਹੜੇ ਇਨਾਮ ਸਨਮਾਨ ਮਿਲਦੇ ਆ ਉਹ ਦਾਇਰਿਆਂ ਨਾਲ ਜਾਂ ਜੁੰਡੀਆਂ ਨਾਲ ਜਾਂ ਧੜੇਬਾਜ਼ੀ ਨਾਲ ਮਿਲਦੇ ਆ। ਉਹਦੇ ਲਈ ਸੰਤ ਸਿੰਘ ਸੇਖੋਂ ਜੁੰਡੀ ਸ਼ਬਦ ਵਰਤਦਾ। ਤਾਂ ਉਹਦੇ ਵਿੱਚ ਵਾਰ ਵਾਰ ਕਹਿੰਦਾ ਕਿ ਬੜਾ ਮਸ਼ਹੂਰ ਹੈਗਾ ਕਿ ਵੀ ਇਹ ਯੂਨੀਵਰਸਿਟੀ ਵਾਲਿਆਂ ਦੀ ਜੁੰਡੀ ਆ, ਇਹ ਖਾਲਸਾ ਕਾਲਜ ਵਾਲਿਆਂ ਦੀ ਜੁੰਡੀ ਆ, ਪਟਿਆਲੇ ਵਾਲਿਆਂ ਦੀ ਜੁੰਡੀ ਆ, ਦਿੱਲੀ ਵਾਲਿਆਂ ਦੀ ਜੁੰਡੀ ਆ। ਤਾਂ ਅੱਗੋਂ ਉਹ ਕਹਿੰਦਾ ਹੈਗਾ ਕਿ ਅਸਲ ਦੇ ਵਿੱਚ ਇਹ ਜਿਹੜੀਆਂ ਜੁੰਡੀਆਂ ਬਣਦੀਆਂ, ਜਿਹੜੇ ਦਾਇਰੇ ਬਣਦੇ ਆ, ਇਹ ਦਾਇਰੇ ਵੀ ਅਨੁਭਵ ਦਾ ਅਰਥ ਬਣਦੇ ਆ। ਅੱਜ ਦੇ ਦੌਰ ਵਿੱਚ ਵੀ ਇਹ ਗੱਲ ਉਹਨਾਂ ਦੀ ਬੜੀ ਮਹੱਤਵਪੂਰਨ ਆ। ਉਹ ਕਹਿੰਦਾ ਕਿ ਹਰੇਕ ਜਿਹੜਾ ਵਿਅਕਤੀ ਹੈਗਾ ਉਹ ਆਪਦੇ ਦਾਇਰੇ ਦੀਆਂ ਰਚਨਾਵਾਂ, ਜਿਹੜੇ ਉਹਦੇ ਅਨੁਭਵ ਦਾਇਰੇ ਦੀਆਂ ਰਚਨਾਵਾਂ ਉਹਨੂੰ ਚੰਗੀਆਂ ਲੱਗਦੀਆਂ। ਪੱਖਪਾਤ ਇਸ ਕਰਕੇ ਹੁੰਦਾ ਕਿ ਉਹਨੂੰ ਆਪਦੇ ਦਾਇਰੇ ਦੇ ਲੋਕਾਂ ਦੀਆਂ ਚੀਜ਼ਾਂ ਚੰਗੀਆਂ ਲੱਗਦੀਆਂ। ਅੱਗੇ ਉਹਨਾਂ ਨੇ ਇੱਕ ਹੋਰ ਗੱਲ ਬੜੀ ਮਹੱਤਵਪੂਰਨ ਕਹੀ ਕਿ ਇੱਕ ਜਿਹੜਾ ਅਨੁਭਵ ਆ ਬੰਦੇ ਦਾ ਸਹਿਜ ਅਨੁਭਵ ਆ, ਜਿਹੜਾ ਉਹਦੇ ਆਪਦੇ ਹੱਡੀ ਹੰਡਾਇਆ ਅਨੁਭਵ ਆ, ਜਦੋਂ ਬੰਦਾ ਉਹਦੀ ਕਵਿਤਾ ਲਿਖਦਾ ਤਾਂ ਬਹੁਤ ਵਧੀਆ ਕਵਿਤਾ ਲਿਖਦਾ, ਉਹ ਖਿੜਦਾ। ਜਦੋਂ ਉਹ ਸੋਚ ਵਿਚਾਰ ਕੇ ਕਵਿਤਾ ਲਿਖਦਾ, ਕਿਸੇ ਦੇ ਅਨੁਭਵ ਨੂੰ ਆਪਦਾ ਅਨੁਭਵ ਬਣਾ ਕੇ ਕਵਿਤਾ ਲਿਖਦਾ, ਤਾਂ ਬਹੁਤ ਵਾਰੀ ਉਹਨਾਂ ਉਹ ਸਫਲ ਨਹੀਂ ਹੁੰਦਾ। ਇਸ ਦੇ ਲਈ ਉਹ ਇੱਕ ਦੋ ਦਲੀਲਾਂ ਦਿੰਦਾ, ਅਤੇ ਇੱਕ ਦਲੀਲ ਉਹਦੀ ਹੈਗੀ ਆ ਕਿ ਅਵਤਾਰ ਸਿੰਘ ਆਜ਼ਾਦ ਜਦੋਂ ਇਨਕਲਾਬੀ ਕਵਿਤਾਵਾਂ ਲਿਖਦਾ ਅਤੇ ਉਸ ਤਰ੍ਹਾਂ ਨਹੀਂ ਉਹ ਜਿਸ ਤਰ੍ਹਾਂ ਜਦੋਂ ਉਹ ਆਪਦੇ ਨਿੱਜੀ ਜ਼ਿੰਦਗੀ ਦੇ ਰਿਸ਼ਤਿਆਂ ਦੇ ਭਾਵਾਂ ਦੀ ਕਵਿਤਾ ਲਿਖਦਾ ਉਦੋਂ ਜ਼ਿਆਦਾ ਵਧੀਆ ਲਿਖਦਾ। ਇਹੀ ਗੱਲ ਉਹ ਅੰਮ੍ਰਿਤਾ ਪ੍ਰੀਤਮ ਅਤੇ ਮੋਹਨ ਸਿੰਘ ਬਾਰੇ ਵੀ ਕਹਿੰਦਾ ਕਿ ਅੰਮ੍ਰਿਤਾ ਪ੍ਰੀਤਮ ਅਤੇ ਮੋਹਨ ਸਿੰਘ ਆ ਜਿਹੜੇ ਉਹ ਬੁਨਿਆਦੀ ਤੌਰ 'ਤੇ ਜਿਹੜੇ ਮਨੁੱਖੀ ਰਿਸ਼ਤਿਆਂ ਦੀ ਕਵਿਤਾ ਦੀ ਕਹਾਣੀ ਕਹਿਣ ਵਾਲੇ ਆ। ਜਦੋਂ ਇਨਕਲਾਬੀ ਦਾਇਰਿਆਂ ਦੀ ਕਵਿਤਾ ਲਿਖਦੇ ਆ ਤਾਂ ਥੋੜ੍ਹਾ ਜਿਹਾ ਆਪਦੇ ਅਨੁਭਵ ਤੋਂ ਪਾਸੇ ਚਲੇ ਜਾਂਦੇ ਅਤੇ ਉਹਨਾਂ ਦੀ ਕਵਿਤਾ ਦੇ ਵਿੱਚ ਉਹ ਜ਼ੋਰ ਨਹੀਂ ਰਹਿੰਦਾ। ਮੈਂ ਇਸ ਨਿਬੰਧ ਨੂੰ ਬੜੇ ਧਿਆਨ ਨਾਲ ਪੜ੍ਹ ਰਿਹਾ ਸੀ। ਉਹਦਾ ਕਾਰਨ ਇੱਕ ਵਿਸ਼ੇਸ਼ ਸੀ ਕਿ ਉਹ ਭਾਈ ਵੀਰ ਸਿੰਘ ਦਾ ਨਾਂ ਨਹੀਂ ਲੈਂਦਾ, ਪਰ ਉਹਦੇ ਅਨੁਭਵ ਦੀ ਉਹ ਨਿੰਦਿਆ ਕਰਦਾ ਕਿ ਆਮ ਬੰਦੇ ਦਾ ਅਨੁਭਵ ਨਹੀਂ ਗਾ ਕਿ ਉਹ ਬਾਗਾਂ ਵਿੱਚ ਬੈਠੇ ਰਹਿਣਾ, ਫੁਹਾਰਿਆਂ ਨੂੰ ਦੇਖੀ ਜਾਣਾ, ਸੈਰਾਂ ਕਰੀ ਜਾਣੀਆਂ, ਉਹ ਆਮ ਆਦਮੀ ਦਾ ਅਨੁਭਵ ਨਹੀਂ ਆ। ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅਵਤਾਰ ਸਿੰਘ ਆਜ਼ਾਦ, ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ, ਬਾਬਾ ਬਲਵੰਤ ਹੋਰਾਂ ਦਾ ਤਾਂ ਨਾਂ ਲੈਂਦਾ, ਭਾਈ ਵੀਰ ਸਿੰਘ ਦਾ ਉਹ ਨਾਂ ਨਹੀਂ ਲੈਂਦਾ ਗਾ। ਇਹਦਾ ਵੀ ਇੱਕ ਕਾਰਨ ਹੋ ਸਕਦਾ ਕਿ ਉਸ ਸਮੇਂ ਦਾ ਜਿਹੜਾ ਮਾਹੌਲ ਆ, ਉਹ 1957 ਦੇ ਵਿੱਚ ਭਾਈ ਵੀਰ ਸਿੰਘ ਦਾ ਦਬਦਬਾ ਹੀ ਇੰਨਾ ਸੀ ਕਿ ਸਿੱਧੇ ਤੌਰ 'ਤੇ ਸੰਤ ਸਿੰਘ ਸੇਖੋਂ ਵੀ ਉਹਦਾ ਨਾਂ ਨਹੀਂ ਲੈਂਦਾ, ਹਾਲਾਂਕਿ ਬਾਅਦ ਦੀਆਂ ਰਚਨਾਵਾਂ ਵਿੱਚ ਉਹਨਾਂ ਨੇ ਇਹ ਨਾਂ ਲਿਆ, ਪਰ ਸਾਹਿਤਾਰਥ ਵਿੱਚ ਇਸ ਲੇਖ ਵਿੱਚ ਉਹਨਾਂ ਨੇ ਨਾਂ ਨਹੀਂ ਲਿਆ। ਇਸ ਲੇਖ ਵਿੱਚ ਸੰਤ ਸਿੰਘ ਸੇਖੋਂ ਇੱਕ ਹੋਰ ਬੜੀ ਮਹੱਤਵਪੂਰਨ ਗੱਲ ਉਠਾਉਂਦਾ। ਉਹ ਮਹੱਤਵਪੂਰਨ ਗੱਲ ਇਹ ਉਠਾਉਂਦਾ ਹੈਗਾ ਕਿ ਜਿਹੜਾ ਵਿਅਕਤੀ ਆ ਉਹ ਜਦੋਂ ਕਵੀ ਕੋਈ ਰਚਨਾ ਰਚਦਾ ਹੈ ਤਾਂ ਉਹਦੇ ਵਿੱਚ ਇੱਕ ਇਹ ਵੀ ਗੱਲ ਜੁੜ ਜਾਂਦੀ ਆ ਕਿ ਉਹਨੂੰ ਇਨਾਮ ਕਿੱਥੋਂ ਮਿਲਣਾ, ਉਹਦੀ ਉਪਜੀਵਿਕਾ ਦਾ ਸਾਧਨ ਕਿੱਥੋਂ ਬਣਨਾ। ਤਾਂ ਕਈ ਵਾਰ ਜਿਹੜੇ ਕਵੀ ਨੇ ਉਹਨਾਂ ਦੇ ਆਪਣੇ ਦਾਇਰੇ ਦਾ ਅਨੁਭਵ ਨਹੀਂ ਹੁੰਦਾ, ਪਰ ਜਿੱਥੋਂ ਉਹਨਾਂ ਨੂੰ ਉਪਜੀਵਿਕਾ ਮਿਲਣੀ ਆ ਉਹ ਉਹਨਾਂ ਦੇ ਦਾਇਰੇ ਦੀਆਂ ਗੱਲਾਂ ਵੀ ਕਰਨੀਆਂ ਸ਼ੁਰੂ ਕਰ ਦਿੰਦਾ। ਤਾਂ ਇਸ ਕਿਸਮ ਦੇ ਨਾਲ ਉਹਨਾਂ ਨੇ ਅਨੁਭਵ ਨੂੰ ਕਵਿਤਾ ਦਾ ਮੂਲ ਵੀ ਮੰਨਿਆ ਕਿ ਕਵਿਤਾ ਦੇ ਲਈ ਬੜਾ ਜ਼ਰੂਰੀ ਆ, ਫਿਰ ਅਨੁਭਵ ਦੀਆਂ ਕਿਸਮਾਂ ਵੀ ਵੰਡੀਆਂ ਕਿ ਆਪਣਾ ਅਨੁਭਵ ਜਾਂ ਪਰ ਅਨੁਭਵ। ਫਿਰ ਉਹਨਾਂ ਨੇ ਇਹ ਵੀ ਗੱਲ ਦੱਸੀ ਆ ਕਿ ਬਹੁਤ ਵਾਰੀ ਜਿਹੜੇ ਕਵੀ ਆਪਦੇ ਅਨੁਭਵ ਤੋਂ ਬਾਹਰ ਜਾਂਦੇ ਆ ਤਾਂ ਕਵਿਤਾ ਤੋਂ ਉਲਟਾ ਦੂਰ ਹੋ ਜਾਂਦੇ ਆ। ਕਵੀ ਨੂੰ ਆਪਣੇ ਅਨੁਭਵ ਦੇ ਦਾਇਰੇ ਅੰਦਰ ਹੀ ਰਹਿਣਾ ਚਾਹੀਦਾ, ਉਹਨਾਂ ਦੇ ਲੇਖ ਦਾ ਇਹ ਸਾਰ ਤੱਤ ਆ। ਅਤੇ ਅਨੁਭਵ ਬਗੈਰ ਕਵਿਤਾ ਬਣਦੀ ਨਹੀਂ, ਅਤੇ ਕਵਿਤਾ ਦੇ ਵਿੱਚ ਉਹੀ ਅਨੁਭਵ ਪੇਸ਼ ਕਰਨਾ ਚਾਹੀਦਾ ਜੋ ਤੁਹਾਡਾ ਜ਼ਿੰਦਗੀ ਦਾ ਨਿੱਜੀ ਅਨੁਭਵ ਹੈਗਾ। ਮੈਨੂੰ ਲੱਗਦਾ ਕਿ ਇਹ ਲੇਖ ਕਵਿਤਾ ਦੇ ਬਾਰੇ ਆਮ ਧਾਰਨਾਵਾਂ ਤਾਂ ਸਪਸ਼ਟ ਕਰਦਾ ਹੀ ਕਰਦਾ, ਪਰ ਇਸ ਦੇ ਨਾਲ ਦੀ ਨਾਲ ਹੀ ਕਈ ਮਹੱਤਵਪੂਰਨ ਜਿਹੜੇ ਮਸਲੇ ਆ ਉਹਨਾਂ ਨੂੰ ਇਹ ਹੱਲ ਵੀ ਕਰਦਾ। ਲੇਖ ਨੂੰ ਪੜ੍ਹੋ, ਅਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਅੱਗੇ ਸਾਂਝੀ ਕਰੋ, ਇਸ ਦੇ ਉੱਪਰ ਕਮੈਂਟ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਹਰਬਾਨੀ, ਸ਼ੁਕਰੀਆ। ਅਗਲੀ ਕਿਸੇ ਵੀਡੀਓ ਵਿੱਚ ਕਿਸੇ ਨਵੇਂ ਚਿੰਤਕ ਬਾਰੇ ਗੱਲ ਕਰਾਂਗੇ। ਉਦੋਂ ਤੱਕ
ਮਿਹਰਬਾਨੀ।